ਕਿੰਨਾ ਵੱਡਾ ਕਹਿਰ ਇੱਕੋ ਪਰਿਵਾਰ ਦੇ 9 ਬੱਚਿਆਂ ਦੇ ਨਾਲ ਆ ਕੀ ਹੋ ਗਿਆ ਵਿਚਾਰੇ ਸਕੂਲ ਜਾ ਰਹੇ ਸੀ ਰਾਹ ਦੇ ਵਿੱਚ ਅਜਿਹਾ ਕੁਝ ਵਾਪਰਿਆ ਜਿਸ ਨੇ ਪਰਿਵਾਰ ਦੀ ਨੀਂਦ ਉਡਾ ਕੇ ਰੱਖ ਦਿੱਤੀ ਤਾਂ ਮਾਮਲਾ ਹਰਿਆਣਾ ਦੇ ਨੂੰਹ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਸਵੇਰੇ 8:30 ਵਜੇ ਸੜਕ ਉੱਤੇ ਇੱਕ ਹਾਦਸਾ ਹੁੰਦਾ ਹੈ ਇੱਕ ਆਟੋ ਜੋ ਕਿ ਇੱਕ ਪਾਣੀ ਵਾਲੇ ਟੈਂਕਰ 'ਚ ਜਾ ਵੜਦਾ ਹੈ ਉਸ ਆਟੋ ਦੇ ਅੰਦਰ 9 ਸਕੂਲੀ ਬੱਚੇ ਸਵਾਰ ਹੁੰਦੇ ਨੇ ਤੁਹਾਨੂੰ ਦੱਸ ਦਈਏ ਕਿ 9 ਸਕੂਲੀ ਬੱਚੇ ਇੱਕੋ ਪਰਿਵਾਰ ਦੇ ਨੇ ਚਾਚੇ ਤਾਇਆਂ ਦੇ ਮੁੰਡੇ ਕੁੜੀਆਂ ਇਕੱਠੇ ਹੋ ਕੇ ਸਕੂਲ ਜਾ ਰਹੇ ਸੀ ਰਾਹ ਦੇ ਵਿੱਚ ਇੱਕ ਪਾਣੀ ਦਾ ਭਰਿਆ ਹੋਇਆ ਟੈਂਕਰ ਜਿਸ ਦੇ ਵਿੱਚ ਜਾ ਕੇ ਤੇਜ਼ ਰਫ਼ਤਾਰ ਆਟੋ ਵੜ ਜਾਂਦਾ ਹੈ ਜਿਸ ਕਰਕੇ ਜਿਹੜੇ ਬੱਚੇ ਨੇ ਸਾਰੇ ਜ਼ਖਮੀ ਹੋ ਜਾਂਦੇ ਨੇ ਕਿਸੇ ਦਾ ਹੱਥ ਸੁੱਜ ਜਾਂਦਾ ਹੈ ਕਿਸੇ ਦੇ ਸਿਰ ਫੜਦਾ ਹੈ ਅਤੇ ਕਿਸੇ ਦੀ ਲੱਤ 'ਤੇ ਮੋਚ ਆਉਂਦੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਹੈਰਾਨੀ ਵਾਲੀ ਗੱਲ ਹੈ ਇੰਨੇ ਭਿਆਨਕ ਹਾਦਸੇ ਦੇ ਵਿੱਚ ਇੱਕ ਵੀ ਬੱਚੇ ਦੀ ਜਾਨ ਨਹੀਂ ਗਈ ਸਾਰੇ ਦੇ ਸਾਰੇ ਬੱਚੇ ਬਚ ਗਏ ਨੇ ਬੱਚਿਆਂ ਦੀ ਕਿਸਮਤ ਚੰਗੀ ਸੀ ਅਤੇ ਆਟੋ ਵਾਲੇ ਦੀ ਸਾਰੇ ਗਲਤੀ ਕੱਢ ਰਹੇ ਨੇ ਕਿ ਆਟੋ ਚਾਲਕ ਕਾਫੀ ਤੇਜ਼ ਰਫ਼ਤਾਰ ਦੇ ਨਾਲ ਬੱਚਿਆਂ ਨੂੰ ਬਿਠਾ ਕੇ ਆ ਰਿਹਾ ਸੀ ਅੱਗੇ ਵੀ ਕਈ ਜਿਹੜੀਆਂ ਵੀਡੀਓਜ਼ ਅਤੇ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਕਿ ਸਕੂਲੀ ਬੱਚਿਆਂ ਨੂੰ ਲਿਆਉਣ ਵਾਲੇ ਆਟੋ ਬੜੀ ਬੁਰੀ ਤਰੀਕੇ ਦੇ ਨਾਲ ਆਟੋ ਚਲਾਉਂਦੇ ਨੇ ਤਾਂ ਆਪਣੇ ਬੱਚਿਆਂ ਨੂੰ ਜੇਕਰ ਤੁਸੀਂ ਅਜਿਹੇ ਆਟੋਆਂ ਦੇ ਵਿੱਚ ਭੇਜਦੇ ਹੋ ਤਾਂ ਬਿਲਕੁਲ ਬੰਦ ਕਰ ਦਿਓ ਸਕੂਲ ਦੀ ਵੈਨ ਲਗਵਾ ਲਓ ਜਾਂ ਆਪ ਛੱਡ ਕੇ ਆਇਆ ਕਰੋ ਰਾਹ ਦੇ ਵਿੱਚ ਤੁਹਾਡੇ ਬੱਚੇ ਦੀ ਜ਼ਿੰਮੇਵਾਰੀ ਇਹ ਆਟੋ ਵਾਲੇ ਚੱਕਦੇ ਨੇ ਉਹ ਤੁਸੀਂ ਦੇਖ ਹੀ ਰਹੇ ਹੋ ਕਿ ਕਿੰਨੀ ਕੁ ਸਹੀ ਤਰੀਕੇ ਦੇ ਨਾਲ ਉਹ ਜ਼ਿੰਮੇਦਾਰੀ ਨਿਭਾਉਂਦੇ ਨੇ ਤਾਂ 9 ਬੱਚੇ ਵਿੱਚੋਂ ਉਹਨਾਂ ਦੇ ਨਾਮ ਆਸਮਾ ਨਾਜ਼ਰੀਨ ਸਾਬਰੂਨ ਫਰਾਨ ਰਿਆਜ਼ ਅਫਸਰਾ ਉਸਮਾਨ ਅਤੇ ਹੋਰ ਇਹਨਾਂ ਸਾਰੇ ਬੱਚਿਆਂ ਦੀ ਉਮਰ 9 ਸਾਲ ਤੋਂ ਲੈ ਕੇ 15 ਸਾਲ ਦੇ ਵਿਚਕਾਰ ਸੀ ਬੱਚੇ ਆਟੋ 'ਚ ਬੈਠੇ ਸੀ ਇੱਕੋ ਪਰਿਵਾਰ ਦੇ ਬੱਚੇ ਸੀ ਦੇਖੋ ਮੌਕੇ ਦੀਆਂ ਤਸਵੀਰਾਂ ਆਟੋ ਦਾ ਕੀ ਹਾਲ ਹੋਇਆ ਹੈ ਤਾਂ ਬੱਚਿਆਂ ਦੀ ਅਤੇ ਪਰਿਵਾਰ ਦੀ ਕਿਸਮਤ ਚੰਗੀ ਸੀ ਕਿ ਬਚਾ ਹੋ ਗਿਆ ਅੱਜ ਜੋ ਬਹੁਤ ਨਿੰਦਨੀ ਘਟਨਾ ਹੈ ਹਮਾਰੇ ਬੜੇ ਗਾਉਂ ਵਾਸੜਾ ਮੈਂ ਜੋ ਇੱਕ ਸਰਕਾਰੀ ਸਕੂਲ ਮੈਂ ਜੋ ਬੱਚੇ ਸਕੂਲ ਆਪਣੇ ਘਰ ਸੇ ਜੋ ਜਾ ਰਹੇ ਥੇ ਇੱਕ ਆਟੋ ਮੈਂ ਤੋ ਮੈਂ ਇਹ ਕਹੂੰ ਇੱਕ ਅੱਲਾ ਕਾ ਸ਼ੁਕਰ ਹੈ ਬਹੁਤ ਰਹਿਮ ਹੋਈ ਹੈ ਔਰ ਇੱਕ ਹੀ ਪਰਿਵਾਰ ਕੇ 7 ਬੱਚੇ ਥੇ 9 ਬੱਚੇ ਥੇ तो उनमें 3 बच्चे ज़्यादा सीरियस हैं बाकी ठीक हैं हम अल्लाह से दुआ करते हैं कि अल्लाह इनको जल्दी ठीक करेगा और मैं ये कहूँ जैसे जितनी ये गलत लापरवाही से जो गाड़ियाँ चलाते हैं ये पानी का टैंकर था जो गाड़ी वाला टैंकर होता है ये उसने इसमें टक्कर मार दी और मैं प्रशासन से अपील करता हूँ ऐसी ड्राइविंग जो करते हैं खिलाफ सख्त कानूनी कार्रवाई होनी चाहिए और सरकार से मांग करता हूं कि जो हमारे बच्चे जितने जो इंजर्ड हुए इनके लिए उचित मुआवजा दिया जाए और गरीबों की सहायता की जाए लेकिन यही दरख्वास्त है अल्लाह से दुआ करता हूँ ये बच्चे जल्दी से जल्दी अल्लाह इनको तंदुरुस्त फरमाए अस्सलाम वालेकुम आज बहुत दुखद एक घटना हुई घासेड़ा गांव में स्कूल के बच्चों को थ्री व्हीलर ले जा रहा था गांव के सरकारी स्कूल में जो लगभग उनके निवास स्थान से 2-3 किलोमीटर का फासले पे है सुबह जैसे ही बच्चे स्कूल जा रहे थे तो अचानक से एक पानी के टैंकर ने उसमें लापरवाही से चलाते हुए उसको अपनी चपेट में ले लिया और 9 बच्चे उसमें जिसमें घायल हुए जिसमें 3 बच्चे बहुत ज्यादा सीरियस है और डॉक्टर साहब से हमारी बात हुई है डॉक्टर साहब उसको वैसे जो मेडिकल जो स्टाफ है वो ठीक केयर करने में लगा हुआ है उम्मीद है कि सारे बच्चे जल्द स्वस्थ होकर अपने घर पहुंचेंगे बाकी इस तरह की जो लापरवाही भरी ड्राइविंग है ऐसे लोगों पर कार्रवाई की जानी चाहिए बच्चों को उचित मुआवजा भी दिया जाए जो सारे नाबालिग बच्चे हैं बड़ी मुश्किल से तो मेवात में बच्चों को पढ़ाने की माँ बाप हिम्मत जुटा पाते हैं और इस तरह के हादसे हो जाते हैं तो उससे बहुत बड़ा सेटबैक धक्का लगता है माँ बापों के भी और बच्चों के तो मेरी अल्लाह ताला से दुआ है कि सभी बच्चे बहुत जल्दी स्वस्थ होकर के अपने दिनचर्या के कामों में वापस लौटे अपने पढ़ाई से दोबारा से वो अपनी इस तरह से ध्यान लगाइए और अल्लाह ताला का हम शुक्राना अदा करते हैं कि बहुत ज्यादा कोई वैसे कैजुअलिटी नहीं हुई ये बहुत बड़ा अल्लाह का करम रहा है।